ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਤਿਹਗੜ੍ਹ ਸਾਹਿਬ ਵਿਖੇ ਪੰਚਾਇਤ ਸਮਿਤੀ ਤੇ ਜ਼ਿਲ੍ਹਾ ਪ੍ਰੀਸ਼ਦ ਕਰਮਚਾਰੀ ਐਸੋਸੀਏਸ਼ਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਿੰਦਰ ਮੋਹਨ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਗੋਬਿੰਦ ਸਿੰਘ ਨੇ ਕਿਹਾ ਕਿ ਪੰਚਾਇਤ ਸਮਿਤੀ ਤੇ ਜ਼ਿਲ੍ਹਾ ਪ੍ਰੀਸ਼ਦ ਕਰਮਚਾਰੀਆਂ ਦੀਆਂ ਤਨਖਾਹਾਂ ਖਜ਼ਾਨਾ ਦਫ਼ਤਰ ਰਾਹੀਂ ਜਾਰੀ ਕੀਤੀਆਂ ਜਾਣ ਅਤੇ ਬਕਾਇਆ ਰਹਿੰਦੀਆਂ ਤਨਖਾਹਾਂ ਤੇ CPF ਤੁਰੰਤ ਜਾਰੀ ਕੀਤਾ ਜਾਵੇ। ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਸੰਬੰਧੀ ਹੋਰਨਾਂ ਵਿਭਾਗਾਂ ਅਨੁਸਾਰ ਸਰਕੂਲਰ ਜਾਰੀ ਕੀਤਾ ਜਾਵੇ। ਪੰਚਾਇਤ ਅਫਸਰਾਂ ਤੇ ਸੁਪਰਡੈਂਟਾਂ ਦੀ PDPO ਦੀ ਅਸਾਮੀ ਤੇ ਮਦ ਉਨਤੀ ਕਰਨ ਸੰਬੰਧੀ ਨਿਯਮ ਬਣਾਏ ਜਾਣ ਤੇ ਸਿਧਾਂਤਕ ਪ੍ਰਵਾਨਗੀ ਦੇ ਆਧਾਰ ਤੇ BDPO ਦੀ ਅਸਾਮੀ ਦਾ ਵਾਧੂ ਚਾਰਜ ਦਿੱਤਾ ਜਾਵੇ। ਪੰਚਾਇਤ ਸਮਿਤੀ ਦੇ ਜ਼ਿਲ੍ਹਾ ਪ੍ਰੀਸ਼ਦ ਦੇ ਸਾਰੇ ਖਾਤਿਆਂ ਵਿੱਚ BDPO ਦੇ ਦਸਖਤਾਂ ਦੇ ਨਾਲ ਪੰਚਾਇਤ ਅਫਸਰ ਸੁਪਰਡੈਂਟ ਨੂੰ ਸਾਂਝੇ ਤੌਰ ਤੇ ਆਪਰੇਟਰ ਕਰਨ ਲਈ ਅਤੇ ਪੰਚਾਇਤ ਸਮਿਤੀ ਦਾ ਮਤਾ ਲਾਜ਼ਮੀ ਕਰਨ ਦਾ ਪੱਤਰ ਜਾਰੀ ਕੀਤਾ ਜਾਵੇ। ਸਾਡੀਆਂ ਮੰਗਾਂ ਜਿਹੜੀਆਂ ਨੇ ਉਹ ਪ੍ਰਧਾਨ ਜੀ ਨੇ ਦੱਸੀਆਂ ਨੇ, ਉਹਦੇ ਬਾਰੇ ਅਸੀਂ ਇੱਕ ਤਾਂ ਸਾਡੀ ਮੇਨ ਹੈ ਵੀ ਤਨਖਾਹਾਂ ਨਹੀਂ ਜਾਰੀ ਹੋ ਰਹੀਆਂ ਸਾਡੀਆਂ, ਕਾਫੀ ਸਮੇਂ ਤੋਂ ਤਨਖਾਹਾਂ ਲੱਗੀਆਂ ਹੋਈਆਂ ਨੇ ਸਰਹੰਦ ਬਲਾਕ ਦੇ ਵਿੱਚ ਪਿਛਲੇ 3 ਮਹੀਨਿਆਂ ਤੋਂ, ਬਸੀ ਪਠਾਣਾ ਦੇ ਵਿੱਚ ਵੀ ਮਾਰਚ ਮਹੀਨੇ ਦੀ ਤਨਖਾਹ ਰਹਿੰਦੀ ਹੈ। ਇਸ ਦੇ ਵਾਸਤੇ ਕੋਈ ਵੀ ਪੱਕਾ ਹੱਲ ਨਹੀਂ ਕੀਤਾ ਜਾ ਰਿਹਾ। CPF 2-3 ਸਾਲਾਂ ਦਾ ਮੁਲਾਜ਼ਮਾਂ ਦਾ ਉਸੇ ਤਰ੍ਹਾਂ ਬਲਾਕਾਂ ਦੇ ਵਿੱਚ ਪਿਆ, ਉਹਦਾ ਸਾਡਾ ਵਿਆਜ ਦਾ ਨੁਕਸਾਨ ਹੋ ਰਿਹਾ। ਔਰ ਇਸ ਤੋਂ ਬਿਨਾਂ ਇੱਕ ਸਾਡੀ EOPS ਦੀ ਮੰਗ ਹੈ, ਉਹ ਅਹਿਮ ਮੰਗ ਹੈ ਵੀ ਸਾਡੇ ਸਾਥੀਆਂ ਜਿਹੜੇ ਸੁਪਰਡੈਂਟ ਪੰਚਾਇਤ ਅਫਸਰ ਉਹਨਾਂ ਨੂੰ ਪ੍ਰਮੋਟ ਕਰਕੇ EO ਲਾਇਆ ਜਾਵੇ। ਔਰ ਕਾਫੀ ਪਿਛਲੇ ਸਾਡੀ 27 ਤਰੀਕ ਤੋਂ ਕਲਮ ਛੋੜ ਹੜਤਾਲ ਚੱਲ ਰਹੀ ਹੈ, ਪਰੰਤੂ ਸਰਕਾਰ ਨੇ ਇਸ ਦੇ ਸੰਬੰਧ ਦੇ ਵਿੱਚ ਹਾਲੇ ਤੱਕ ਕੋਈ ਵੀ ਸਾਡੀ ਸੁਣਵਾਈ ਨਹੀਂ ਕੀਤੀ ਹੈਗੀ, ਕਿਉਂਕਿ ਪਹਿਲਾਂ ਮੰਤਰੀ ਸਾਹਿਬ ਨਾਲ ਸਾਡੀ ਮੀਟਿੰਗ ਹੋਈ ਸੀ, ਉਹਨਾਂ ਨੇ ਸਾਡੀਆਂ ਸਾਰੀਆਂ ਮੰਗਾਂ ਨੂੰ ਪ੍ਰਵਾਨ ਕੀਤਾ ਸੀ। ਹੁਣ 13 ਤਰੀਕ ਨੂੰ ਸਾਨੂੰ ਉਹਨਾਂ ਨੇ ਆਸ਼ਵਾਸਨ ਦਿੱਤਾ ਵੀ 13 ਤਰੀਕ ਨੂੰ ਅਸੀਂ ਇਸ ਤੁਹਾਡੀਆਂ ਮੰਗਾਂ ਲਾਗੂ ਕਰਾਂਗੇ। ਜੇਕਰ ਉਹ 13 ਤਰੀਕ ਨੂੰ ਸਾਡੀਆਂ ਮੰਗਾਂ ਨਹੀਂ ਲਾਗੂ ਕਰਦੇ ਤਾਂ ਅਸੀਂ ਅਗਲਾ ਸੰਘਰਸ਼ ਹੈ ਜਿਹੜਾ ਸੂਬਾ ਕਮੇਟੀ ਦੇ ਆਦੇਸ਼ ਅਨੁਸਾਰ ਅਗਲਾ ਸੰਘਰਸ਼ ਸ਼ੁਰੂ ਕਰ ਦਾਂਗੇ। ਅਸੀਂ ਆਪਦੀਆਂ ਮੰਗਾਂ ਮਨਵਾ ਕੇ ਰਹਾਂਗੇ। ਜੈ ਜਨਤਾ, ਜੈ ਸੰਘਰਸ਼। ਸਾਡੀਆਂ ਫੈਸਲਾ ਹੋਇਆ ਸੀਗਾ ਪਿੱਛੇ ਵੀ ਸਾਰੇ ਪਹਿਲਾਂ DC ਸਾਹਿਬ ਨੂੰ ਮੰਗ ਪੱਤਰ ਦਿੱਤੇ ਗਏ ਸੀਗੇ, ਹੁਣ ਅਸੀਂ ਹਰੇਕ MLA ਨੂੰ, ਸਰਕਾਰ ਦੇ ਨੁਮਾਇੰਦੇ ਨੂੰ, ਹਲਕਾ ਇੰਚਾਰਜ ਅਤੇ MLA ਸਾਹਿਬ ਮੰਗ ਪੱਤਰ ਦਿੱਤੇ ਜਾਣਗੇ ਵੀ ਜਿਹੜੀਆਂ ਸਾਡੀਆਂ ਮੰਗਾਂ ਨੇ ਰੁਕੀਆਂ ਹੋਈਆਂ ਨੇ, ਜਿਹੜੀ ਅਫਸਰਸ਼ਾਹੀ ਇਸ ਚੀਜ਼ ਦੇ ਵਿੱਚ ਨਹੀਂ ਕੰਮ ਕਰਨ ਦੇ ਰਹੀ ਮੰਗਾਂ ਦੇ ਸੰਬੰਧ ਵਿੱਚ, ਅਸੀਂ ਉਹਨੂੰ ਕਹਿੰਦੇ ਹਾਂ ਵੀ ਇਹ ਜਲਦੀ ਤੋਂ ਜਲਦੀ ਸਾਡੀਆਂ ਤਨਖਾਹਾਂ ਰਿਲੀਜ਼ ਕਰਾਈਆਂ ਜਾਣ, ਪੈਨਸ਼ਨ ਜਾਰੀ ਕਰਵਾਈ ਜਾਵੇ। ਤੀਜਾ ਸਾਡੀ ਸੀਗੀ EOPS ਦੀ, ਉਹ ਮੰਗ ਹੈ, ਉਹ ਸਾਡੀ ਅਹਿਮ ਮੰਗ ਹੈ, ਉਹਨੂੰ ਵੀ ਤੁਰੰਤ ਜਾਰੀ ਕੀਤਾ ਜਾਵੇ। ਅਗਰ ਇਹ ਨਹੀਂ ਕਰਦੇ ਤਾਂ ਸਾਨੂੰ ਅਗਲਾ ਜਿਹੜਾ ਸਟੈਪ ਹੈ ਉਹ ਜਲਦੀ ਹੀ ਵਿਸਾਖੀ ਤੋਂ ਬਾਅਦ ਸਾਡੀ ਤਿਆਰੀ ਹੈ। ਅਸੀਂ ਬਿਲਕੁਲ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਸਰਕਾਰ ਨੂੰ ਕਿ ਇਹ ਸਾਡੀਆਂ ਜਿਹੜੀਆਂ ਮੰਗਾਂ ਨੇ ਇਹਨਾਂ ਨੂੰ ਜਲਦੀ ਤੋਂ ਜਲਦੀ ਪ੍ਰਵਾਨ ਕੀਤਾ ਜਾਵੇ। ਫਤਿਹਗੜ੍ਹ ਸਾਹਿਬ ਤੋਂ ਪੰਜਾਬੀ ਸਰਕਾਰ ਮੇਲੇ ਲਈ ਕੈਮਰਾਮੈਨ ਹਰਵਿੰਦਰ ਸਿੰਘ ਮੰਗਾ ਦੇ ਨਾਲ ਬਹਾਦਰ ਸਿੰਘ ਟਵਾਣਾ ਦੀ ਰਿਪੋਰਟ।